ਬਾਬਾ ਜੀ ਦੀ ਪੂਰੀ ਕਿਰਪਾ ਹੈਗੀ ਆ, ਜਿਹੜੀ ਚੀਜ਼ ਮੰਗੋ ਸ਼ਨੀ ਦੇਵ ਮਹਾਰਾਜ ਜੀ ਤੋਂ ਉਹ ਪੂਰੀ ਹੁੰਦੀ ਆ। ਕੁਛ ਵੀ ਕਹੀਦਾ, ਹਾਂ ਵੀ ਸਾਡੇ ਕੰਮ ਕਾਰ ਵਧੀਆ ਚੱਲਣ, ਬਿਮਾਰੀਆਂ ਦੂਰ ਹੋਣ, ਯਾਨੀ ਕਿ ਸਾਰੀ ਚੀਜ਼ਾਂ ਬਹੁਤ ਵਧੀਆ ਹੋ ਰਹੀਆਂ। ਜਿਹੜੀਆਂ ਮਨੋਕਾਮਨਾ ਹੋਰਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ, ਮੇਰੀਆਂ ਬਿਨਾਂ ਕਹੇ ਵੀ ਮੇਰੀਆਂ ਮਨੋਕਾਮਨਾ ਸਾਰੀਆਂ ਪੂਰੀਆਂ ਹੋ ਚੁੱਕੀਆਂ ਨੇ। 5 ਸਾਲ ਤੋਂ ਆ ਰਹੇ ਹੋ ਲਗਾਤਾਰ? ਹਾਂਜੀ, ਲਗਾਤਾਰ ਆ ਰਿਹਾ ਜੀ, ਮੈਂ ਹਰ ਸ਼ਨੀਵਾਰ ਆ ਰਹੇ ਹਾਂ, ਮੇਰੀ ਬੇਟੀ ਵੀ ਆਉਂਦੀ ਹੈ, ਮੈਂ ਵੀ ਆਉਂਦਾ, ਮਿਸਿਜ ਵੀ ਆਉਂਦੇ ਆ, ਯਾਨੀ ਕਿ ਜਿਨ੍ਹਾਂ ਜਿਨ੍ਹਾਂ ਨੇ ਜੋ ਮੰਗਿਆ ਮਿਲਦਾ। ਸਾਨੂੰ ਵਧੀਆ ਜੋਬ ਮਿਲ ਜਾਵੇ, ਜੋਬ ਮਿਲ ਜਾਂਦੀ ਆ, ਅਸੀਂ ਕਹੀਦਾ ਬੱਚਾ ਸਾਡਾ ਸਕਸੈਸ ਹੋ ਜਾਵੇ ਪੜ੍ਹਾਈ 'ਚ, ਉਹ ਹੋ ਜਾਂਦਾ। ਮੈਂ ਕਹਿੰਦਾ ਜਿਹੜਾ ਸ਼ਨੀ ਮਹਾਰਾਜ ਜੀ ਦਾ ਜੋ ਸੱਚੇ ਮਨ ਦੇ ਨਾਲ ਕੋਈ ਵੀ ਚੀਜ਼ ਮੰਗਦਾ ਹੈ ਨਾ, ਬਸ ਉਹਦੀਆਂ ਝੋਲੀਆਂ ਪੂਰੀਆਂ ਭਰਦੀਆਂ ਨੇ। ਯਾਨੀ ਕਿ ਬਾਬਾ ਜੀ ਕਿ ਧਾਗਾ ਵੀ ਦਿੰਦੇ ਆ, ਕੋਈ ਬਿਮਾਰੀ ਬਿਮੂਰੀ ਹੁੰਦੀ ਉਹ ਹੱਥੇ ਬੰਨ ਲਓ, ਯਾਨੀ ਕਿ ਬਿਮਾਰੀ ਵੀ ਦੂਰ ਹੋ ਜਾਂਦੀ ਹੈ। ਲੋਕ ਡਰਦੇ ਜ਼ਰੂਰ ਨੇ, ਪਰ ਉਹ 'ਚ ਕੋਈ ਡਰ ਵਾਲੀ ਗੱਲ ਨਹੀਂ, ਇਹ ਨਿੱਤਰ ਨੇ ਜਿਹੜੇ ਸ਼ਨੀ ਮਹਾਰਾਜ ਨੇ, ਉਹ ਸਭ ਤੋਂ ਕਿਰਪਾ ਕਰਦੇ ਨੇ। ਹਾਂਜੀ, ਸਭ ਤੋਂ ਕਿਰਪਾ ਕਰਦੇ ਨੇ, ਮੇਰੇ ਤੋਂ ਵੀ ਬਹੁਤ ਕਿਰਪਾ ਕੀਤੀ ਹੈ। ਬਾਬਾ ਜੀ ਦਾ ਧਾਗਾ ਵੀ ਲਿੱਤਾ ਹੋਣੀ ਆਪਾਂ, ਯਾਨੀ ਕਿ ਧਾਗਾ ਬੰਨੀ ਦਾ ਮਨ ਨੂੰ ਸ਼ਾਂਤੀ ਮਿਲਦੀ ਹੈ, ਬਿਮਾਰੀਆਂ ਤੋਂ ਦੂਰ ਰਹਿੰਦਾ ਬੰਦਾ। ਮੈਂ ਇਸ ਕਰਕੇ ਹਰ ਸ਼ਨੀਵਾਰ ਮੇਰੀ ਇੱਛਾ ਹੁੰਦੀ ਹੈ ਕਿ ਹਰ ਸ਼ਨੀਵਾਰ ਮੈਂ ਇੱਥੇ ਹਾਜ਼ਰੀ ਲਗਾਵਾਂ। ਸਰ ਕਦੋਂ ਤੋਂ ਆ ਰਹੇ? ਨਮਸਕਾਰ ਜੀ, ਜੈ ਸ਼ਨੀ ਦੇਵ ਮਹਾਰਾਜ। ਮੈਂ ਆ ਰਿਹਾ ਜੀ 4-5 ਸਾਲ ਤੋਂ ਆ ਰਿਹਾ ਇੱਥੇ। ਇੱਥੇ ਆ ਕੇ ਯਾਨੀ ਕਿ ਬਹੁਤ ਹੀ ਮਨ ਖੁਸ਼ ਹੁੰਦਾ, ਮਨ ਨੂੰ ਸ਼ਾਂਤੀ ਮਿਲਦੀ ਆ, ਬਾਬਾ ਜੀ ਦੀ ਪੂਰੀ ਕਿਰਪਾ ਹੈਗੀ ਆ, ਜਿਹੜੀ ਚੀਜ਼ ਮੰਗੋ ਸ਼ਨੀ ਦੇਵ ਮਹਾਰਾਜ ਜੀ ਤੋਂ ਉਹ ਪੂਰੀ ਹੁੰਦੀ ਆ। ਆਪਾਂ ਕੁਛ ਵੀ ਕਹੀਦਾ, ਹਾਂ ਵੀ ਸਾਡੇ ਕੰਮ ਕਾਰ ਵਧੀਆ ਚੱਲਣ, ਬਿਮਾਰੀਆਂ ਦੂਰ ਹੋਣ, ਯਾਨੀ ਕਿ ਸਾਰੀ ਚੀਜ਼ਾਂ ਬਹੁਤ ਵਧੀਆ ਹੋ ਰਹੀਆਂ, ਯਾਨੀ ਕਿ ਜੋ ਮੰਗੋ ਬਾਬਾ ਜੀ ਦੇ ਦਰ ਤੋਂ ਮਿਲਦਾ। 5 ਸਾਲ ਤੋਂ ਆ ਰਹੇ ਹੋ ਲਗਾਤਾਰ? ਨਹੀਂ, ਲਗਾਤਾਰ ਆ ਰਿਹਾ ਜੀ, ਮੈਂ ਹਰ ਸ਼ਨੀਵਾਰ ਆ ਰਹੇ ਹਾਂ, ਮੇਰੀ ਬੇਟੀ ਵੀ ਆਉਂਦੀ ਹੈ, ਮੈਂ ਵੀ ਆਉਂਦਾ, ਮਿਸਿਜ ਵੀ ਆਉਂਦੇ ਆ, ਯਾਨੀ ਕਿ ਜਿਨ੍ਹਾਂ ਜਿਨ੍ਹਾਂ ਨੇ ਜੋ ਮੰਗਿਆ ਮਿਲਦਾ। ਕਹਿੰਦੇ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ, ਕੀ ਵਾਕਈ ਮਤਲਬ ਕਿਹੜੀਆਂ ਐਸੀਆਂ ਮੁਰਾਦਾਂ ਤੁਹਾਡੀਆਂ ਪੂਰੀਆਂ ਹੋਈਆਂ? ਯਾਨੀ ਕਿ ਆਪਾਂ ਦੇਖੋ ਜੀ, ਕਈ ਵਾਰ ਕਹੀਦਾ ਸਾਨੂੰ ਵਧੀਆ ਜੋਬ ਮਿਲ ਜਾਵੇ, ਜੋਬ ਮਿਲ ਜਾਂਦੀ ਆ, ਅਸੀਂ ਕਹੀਦਾ ਬੱਚਾ ਸਾਡਾ ਸਕਸੈਸ ਹੋ ਜਾਵੇ ਪੜ੍ਹਾਈ 'ਚ, ਉਹ ਹੋ ਜਾਂਦਾ। ਯਾਨੀ ਕਿ ਬਾਬਾ ਜੀ ਕਿ ਧਾਗਾ ਵੀ ਦਿੰਦੇ ਆ, ਕੋਈ ਬਿਮਾਰੀ ਬਿਮੂਰੀ ਹੁੰਦੀ ਉਹ ਹੱਥੇ ਬੰਨ ਲਓ, ਯਾਨੀ ਕਿ ਬਿਮਾਰੀ ਵੀ ਦੂਰ ਹੋ ਜਾਂਦੀ, ਯਾਨੀ ਕਿ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ ਕੇ। ਗਊਸ਼ਾਲਾ ਬਣੀ ਇੱਥੇ, ਦਾਨ ਪੁੰਨ ਕਰੋ, ਮਜ਼ਾ ਆ ਜਾਂਦਾ ਜੀ ਆ ਕੇ ਇੱਥੇ, ਮਨ ਖੁਸ਼ ਹੋ ਜਾਂਦਾ ਆ ਕੇ। ਕਿੱਥੋਂ ਆਉਂਦੇ ਹੋ ਤੁਸੀਂ? ਅਸੀਂ ਆਈਦਾ ਜੀ ਨੂਰ ਵਾਲੇ ਰੋਡ ਤੋਂ ਲੁਧਿਆਣਾ। ਹਾਂਜੀ, ਹਰ ਸ਼ਨੀਵਾਰ? ਹਾਂਜੀ, ਹਰ ਸ਼ਨੀਵਾਰ ਆਈਦਾ, ਬਹੁਤ ਮਨ ਨੂੰ ਖੁਸ਼ੀ ਮਿਲਦੀ ਆ। ਬਾਬਾ ਜੀ ਦਾ ਧਾਗਾ ਵੀ ਲਿੱਤਾ ਹੋਣੀ ਆਪਾਂ, ਯਾਨੀ ਕਿ ਧਾਗਾ ਬੰਨੀ ਦਾ ਮਨ ਨੂੰ ਸ਼ਾਂਤੀ ਮਿਲਦੀ ਆ, ਬਿਮਾਰੀਆਂ ਤੋਂ ਦੂਰ ਰਹਿੰਦਾ ਬੰਦਾ। ਯਾਨੀ ਕਿ ਸ਼ਨੀ ਦੇਵ ਮਹਾਰਾਜ ਐਸੇ ਆ ਨਾ ਮਹਾਰਾਜ, ਯਾਨੀ ਕਿ ਕਿਰਪਾ ਪੂਰੀ ਕਰਦੇ ਆ, ਜੋ ਮੰਗੋ ਦੇ ਦਿੰਦੇ ਸ਼ਨੀ ਮਹਾਰਾਜ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਮੈਮ ਕੀ ਨਾਮ? ਮੇਰਾ ਨਾਮ ਮੁਸਕਾਨ ਮਾਨ। ਕਿੰਨੇ ਸਮਾਂ ਤੋਂ ਇੱਥੇ ਆ ਰਹੇ ਹੋ ਸ਼ਨੀ ਗਾਉਂ ਦੇ? ਮੈਂ 2010 ਦੀ ਇੱਥੋਂ ਆ ਰਹੀ ਹਾਂ, ਤੇ ਜਿਹੜੀਆਂ ਮਨੋਕਾਮਨਾ ਹੋਰਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ, ਮੇਰੀਆਂ ਬਿਨਾਂ ਕਹੇ ਵੀ ਮੇਰੀਆਂ ਮਨੋਕਾਮਨਾ ਸਾਰੀਆਂ ਪੂਰੀਆਂ ਹੋ ਚੁੱਕੀਆਂ ਨੇ, ਤੇ ਜਿਹੜੇ ਸ਼ਰਧਾਲੂ ਇੱਥੇ ਆਉਂਦੇ ਉਹਨਾਂ ਦੀ ਮਨੋਕਾਮਨਾ ਪੂਰੀਆਂ ਹੀ ਹੁੰਦੀਆਂ ਨੇ। ਕਿੱਥੋਂ ਕਿੱਥੋਂ ਸ਼ਰਧਾਲੂ ਇੱਥੇ? ਕਹਿੰਦੇ ਬਹੁਤ ਦੂਰੋਂ ਦੂਰੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ। ਹਾਂਜੀ, ਇੱਥੋਂ ਲੁਧਿਆਣੇ ਤੋਂ, ਜਲੰਧਰ ਤੋਂ, ਫਗਵਾੜੇ ਤੋਂ, ਦਿੱਲੀ ਤੋਂ, ਅੰਮ੍ਰਿਤਸਰ ਤੋਂ, ਬਹੁਤ ਕਿਤੋਂ ਆਉਂਦੇ ਨੇ। ਕਹਿੰਦੇ ਜਿਹੜੀ ਸ਼ਰਧਾਲੂ
ਵੀ ਜਿਹੜੀ ਮਨੋਕਾਮਨਾ ਮੰਗਦੇ ਨੇ ਉਹਨਾਂ ਦੀ ਸਭ ਦੀਆਂ ਪੂਰੀਆਂ ਹੁੰਦੀਆਂ, ਤਾਂ ਕਰਕੇ ਦੂਰੋਂ ਦੂਰੋਂ ਆਉਂਦੇ ਨੇ। ਅਤੇ ਇੱਥੇ ਭਗਤ ਜਨ ਜਦੋਂ ਉੱਥੇ ਪਹੁੰਚਦੇ ਨੇ ਤਾਂ ਮਹੰਤ ਜੀ ਨੇ ਜਿਹੜੇ ਉਹਨਾਂ ਦੇ ਦਰਸ਼ਨ ਵੀ ਕਰਦੇ ਨੇ ਇੱਥੇ ਆ ਕੇ। ਹਾਂਜੀ, ਜਿਹੜੀਆਂ ਮਨੋਕਾਮਨਾ ਇੱਥੇ ਤੁਸੀਂ ਮੰਗਦੇ ਹੋ ਉਹ ਪੂਰੀਆਂ ਜ਼ਰੂਰ ਹੁੰਦੀਆਂ ਨੇ, ਜੇ ਤੁਸੀਂ ਸੱਚੇ ਦਿਲ ਨਾਲ ਮੰਗੋਗੇ ਤਾਂ ਉਹ ਪੂਰੀਆਂ ਜ਼ਰੂਰ ਹੋਣਗੀਆਂ। ਸਰ ਕੀ ਨਾਮ ਹੈ? ਦਰਸ਼ਨ ਸਰੇਨ ਜੀ। ਕਿੱਥੋਂ ਆਏ? ਫਿਲੌਰ ਤੋਂ ਜੀ। ਸਰ ਸੁਣਿਆ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ, ਭਜਨ ਸੰਧਿਆ ਕਰਦੇ? ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਸ਼ਨੀ ਮਹਾਰਾਜ ਕਿਰਪਾ ਕਰਦੇ ਨੇ ਪੂਰੀ ਜੀ। ਜਿਹੜਾ ਸ਼ਰਧਾ ਦੇ ਨਾਲ ਆਉਂਦਾ ਉਹ ਇੱਥੇ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ, ਮੈਂ ਵੀ ਝੋਲੀਆਂ ਭਰ ਕੇ ਲੈ ਕੇ ਜਾਂਦਾ ਇੱਥੋਂ। ਇਸੇ ਕਰਕੇ ਹਰ ਸ਼ਨੀਵਾਰ ਮੇਰੀ ਹਾਜ਼ਰੀ ਇੱਥੇ ਹੁੰਦੀ ਹੈ, 4 ਵਜੇ ਤੋਂ ਲੈ ਕੇ 6:30 ਵਜੇ ਤੱਕ। ਸਰ ਸ਼ਨੀਦੇਵ ਮਹਾਰਾਜ ਜਿੱਥੋਂ ਲੋਕ ਡਰਦੇ ਨੇ ਹਨਾ, ਅਤੇ ਕੀ ਕੁਛ ਪ੍ਰਾਪਤੀ ਜਿਹੜਾ ਤੁਸੀਂ ਸ਼ਨੀ ਗਾ ਅਤੇ ਸ਼ਨੀ ਮਹਾਰਾਜ ਤੋਂ ਕੀਤੀ? ਮੈਂ ਕਹਿੰਦਾ ਜਿਹੜਾ ਸ਼ਨੀ ਮਹਾਰਾਜ ਜੋ ਸੱਚੇ ਮਨ ਦੇ ਨਾਲ ਕੋਈ ਵੀ ਚੀਜ਼ ਮੰਗਦਾ ਹੈ ਨਾ, ਬਸ ਉਹਦੀਆਂ ਝੋਲੀਆਂ ਪੂਰੀਆਂ ਭਰਦੀਆਂ ਨੇ। ਹਾਂਜੀ, ਇਹ 'ਚ ਕੋਈ ਸ਼ੱਕ ਨਹੀਂ ਕਿ ਲੋਕ ਡਰਦੇ ਜ਼ਰੂਰ ਨੇ, ਪਰ ਉਹ 'ਚ ਕੋਈ ਡਰ ਵਾਲੀ ਗੱਲ ਨਹੀਂ, ਇਹ ਮਿੱਤਰ ਨੇ ਜਿਹੜੇ ਸ਼ਨੀ ਮਹਾਰਾਜ ਨੇ, ਉਹ ਸਭ ਤੋਂ ਕਿਰਪਾ ਕਰਦੇ ਨੇ। ਹਾਂਜੀ, ਸਭ ਤੋਂ ਕਿਰਪਾ ਕਰਦੇ ਨੇ, ਮੇਰੇ 'ਤੇ ਵੀ ਬਹੁਤ ਕਿਰਪਾ ਕੀਤੀ ਹੈ। ਮੈਂ ਇਸ ਕਰਕੇ ਹਰ ਸ਼ਨੀਵਾਰ ਮੇਰੀ ਇੱਛਾ ਹੁੰਦੀ ਹੈ ਕਿ ਹਰ ਸ਼ਨੀਵਾਰ ਮੈਂ ਇੱਥੇ ਹਾਜ਼ਰੀ ਲਗਾਵਾਂ। ਹਰ ਸ਼ਨੀਵਾਰ ਸੇਵਾ ਨਿਭਾਉਂਦੇ ਉੱਥੇ? ਹਾਂਜੀ, ਕਈ ਵਾਰ। ਹਾਂਜੀ ਹਾਂਜੀ, ਬਾਕੀ ਉਹਨਾਂ ਦੀ ਇੱਛਾ ਹੁੰਦੀ ਹੈ, ਕਈ ਵਾਰ ਛੁੱਟੀ ਵੀ ਹੋ ਜਾਂਦੀ ਹੈ, ਤੇ ਵੈਸੇ ਮੈਂ ਹਰ ਸ਼ਨੀਵਾਰ ਇੱਥੇ ਹਾਜ਼ਰੀ ਜ਼ਰੂਰ ਭਰਦਾ। ਕਹਿੰਦੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ? ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਕਾਫੀ ਦੂਰ ਦੂਰ ਤੋਂ ਆਉਂਦੇ ਨੇ। ਹਾਂਜੀ ਹਾਂਜੀ, ਕਾਫੀ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ। ਹਾਂਜੀ, ਲੋਕ ਇੱਛਾ ਲੈ ਕੇ ਆਉਂਦੇ ਨੇ ਇੱਥੇ? ਹਾਂਜੀ ਹਾਂਜੀ, ਜਦੋਂ ਇੱਥੋਂ ਜਾਂਦੇ ਨੇ ਜਾਂ ਫਿਰ ਕਈ ਐਸੇ ਭਗਤ ਹੋਣਗੇ ਜਿਹੜੇ ਜਿਨ੍ਹਾਂ ਨੂੰ ਕੋਈ ਪ੍ਰਾਪਤੀ ਹੋ ਜਾਂਦੀ ਫਿਰ ਇੱਥੇ ਆਉਂਦੇ ਨੇ, ਉਹ ਵੀ ਭਗਤ ਮਿਲਦੇ ਨੇ ਤੁਹਾਨੂੰ? ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ। ਹਾਂਜੀ, ਕਈ ਵਾਰ ਆ ਕੇ ਕਹਿੰਦੇ ਨੇ ਜੀ, ਹਾਂਜੀ ਜਿੱਦਾਂ ਜਿੱਦਾਂ ਤੁਸੀਂ ਕਹਿੰਦੇ ਸੀਗੇ ਉਹ ਵਾਕਈ ਸਾਡੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ ਸਾਰੀਆਂ। ਹਾਂਜੀ, ਬਸ ਅਸੀਂ ਇਹੀ ਮੇਰਾ ਸੰਦੇਸ਼ ਕਿ ਜਿਹੜੇ ਨਹੀਂ ਆਏ ਉਹ ਵੀ ਇੱਥੇ ਹਾਜ਼ਰੀ ਭਰਨ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਣ। ਜੈ ਸ਼ਨੀਦੇਵ, ਜੈ ਸ਼ਨੀਦੇਵ।